ਡੱਬੇ 'ਚ ਬੰਦ ਇਹਨਾਂ ਨੋਟਾਂ ਨੂੰ ਦੇਖੋ, ਇੱਕ ਵਾਰ ਤਾਂ ਤੁਹਾਨੂੰ ਵੀ ਭੁਲੇਖਾ ਪੈ ਜਾਵੇਗਾ ਕਿ ਇਹ ਅਸਲੀ ਨੇ, ਪਰ ਅਸਲੀਅਤ ਇਹ ਹੈ ਕਿ ਨੋਟ ਜਮ੍ਹਾਂ ਹੀ ਜਾਲੀ ਨੇ। ਤਿੰਨ ਦੋਸਤਾਂ ਨੇ ਪਲੈਨ ਬਣਾਇਆ, ਉਹ ਵੀ ਫਿਲਮ ਦੇਖ ਕੇ, ਜਿਸ ਤੋਂ ਬਾਅਦ ਇਹਨਾਂ ਤਿੰਨਾਂ ਨੇ ਇਕੱਠੇ ਹੋ ਕੇ ਇੱਕ ਮਸ਼ੀਨ ਬਣਾਈ ਜਿਸ ਦੇ ਨਾਲ ਨੋਟ ਛਾਪੇ ਜਾਂਦੇ ਸੀ। ਤਾਂ ਕਿੰਨੇ ਚਿਰ ਤੋਂ ਹੀ ਇਹ ਤਿੰਨੇ ਦੋਸਤ ਰਲ ਕੇ ਲੱਖਾਂ ਰੁਪਏ ਛਾਪ ਚੁੱਕੇ ਸੀ ਅਤੇ ਉਹਨਾਂ ਲੱਖਾਂ ਰੁਪਇਆਂ ਨੂੰ ਅੱਧ ਦੇ ਵਿੱਚ ਵੇਚ ਦਿੰਦੇ ਸੀ। ਯਾਨੀ ਕਿ ਜੇਕਰ 10 ਲੱਖ ਰੁਪਏ ਛਾਪੇ ਨੇ ਅਤੇ ਉਹਨਾਂ ਨੂੰ 5 ਲੱਖ ਅਸਲੀ ਨੋਟਾਂ ਦੇ ਵਿੱਚ ਵੇਚ ਦਿੰਦੇ ਸੀ। ਤਾਂ ਇਸ ਗੱਲ ਦੀ ਗੁਪਤ ਸੂਚਨਾ ਪੁਲਿਸ ਨੂੰ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਰੇਡ ਮਾਰੀ। 3 ਮੁੰਡਿਆਂ ਦੇ ਵਿੱਚੋਂ 2 ਨੂੰ ਗ੍ਰਿਫਤਾਰ ਕਰ ਲਿਆ ਏ, ਪਰ ਇਸ ਪੂਰੀ ਘਟਨਾ ਦਾ ਜਿਹੜਾ ਮਾਸਟਰ ਮਾਈਂਡ ਹੈ ਉਹ ਹਾਲੇ ਵੀ ਮਸ਼ੀਨ ਦੇ ਨਾਲ ਫਰਾਰ ਦੱਸਿਆ ਜਾ ਰਿਹਾ ਏ। 5 ਲੱਖ ਤੋਂ ਵੱਧ ਇਹਨਾਂ 2 ਮੁੰਡਿਆਂ ਦੇ ਕੋਲੋਂ ਨੋਟ ਬਰਾਮਦ ਕਰ ਲਏ ਗਏ ਨੇ ਜਿਹੜੇ ਕਿ ਨਕਲੀ ਨੇ। 100 ਅਤੇ 200 ਦੇ ਇਹ ਨੋਟ ਜ਼ਿਆਦਾਤਰ ਛਾਪਦੇ ਸੀ, ਕਿਉਂਕਿ ਲੋਕਾਂ ਨੂੰ 100 ਅਤੇ 200 ਦੇ ਨੋਟ 'ਤੇ ਜ਼ਿਆਦਾਤਰ ਸ਼ੱਕ ਨਹੀਂ ਹੁੰਦਾ। ਤਾਂ ਕਰਕੇ ਇਹ ਲੱਖਾਂ ਰੁਪਏ ਮਾਰਕੀਟ ਦੇ ਵਿੱਚ ਨਕਲੀ ਨੋਟ ਭੇਜ ਚੁੱਕੇ ਸਨ ਅਤੇ ਹੁਣ ਲੁਧਿਆਣਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਏ। ਇਹਨਾਂ ਨੇ ਜਿਹੜੇ ਕਿ 2 ਦੋਸ਼ੀ ਜਿਹੜੇ ਕਾਬੂ ਕੀਤੇ ਨੇ। ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜੇ ਕਿ 3 ਦੋਸ਼ੀ ਨੇ, ਸੋਨਿੰਦ ਸਿੰਘ, ਮਨਦੀਪ ਸਿੰਘ ਅਤੇ ਬਖਤੌਰ ਸਿੰਘ, ਇਹ ਜਿਹੜੇ ਕਿ ਫੇਕ ਕਰੰਸੀ ਜਿਹੜੀ ਇਹ ਬਣਾਉਂਦੇ ਨੇ ਅਤੇ ਉਹਨੂੰ ਅੱਗੇ ਇਹ ਮਾਰਕੀਟ ਦੇ ਵਿੱਚ ਸਪਲਾਈ ਕਰਦੇ ਨੇ ਇਲੀਗਲ ਤਰੀਕੇ ਨਾਲ। ਤਾਂ ਉਹਦੇ ਵਿੱਚ ਅਸੀਂ FIR ਰਜਿਸਟਰ ਕਰਕੇ ਉਸ ਤੋਂ ਬਾਅਦ ਜਿਹੜਾ 2 ਦੋਸ਼ੀ ਨੇ ਜਿਹੜੇ ਵਿੱਚ ਸੋਨ ਸਿੰਘ ਅਤੇ ਮਨਦੀਪ ਸਿੰਘ, ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ। ਅਤੇ ਇਹਨਾਂ ਕੋਲੋਂ ਅਸੀਂ ਤਕਰੀਬਨ ਜਿਹੜੀ ਫੇਕ ਕਰੰਸੀ ਹੈ 200 ਦੇ ਨੋਟ ਅਤੇ 100 ਦੇ ਜਿਹੜੇ ਬੰਡਲਸ ਨੇ, ਟੋਟਲ 5,10,000 ਰੁਪਏ ਜਿਹੜੀ ਕਾਊਂਟਰਫੀਟ ਕਰੰਸੀ, ਆਪਾਂ ਕਹਿੰਦੇ ਕਿ ਫੇਕ ਕਰੰਸੀ ਹੈ, ਉਹ ਜਿਹੜੀ ਹੈ ਅਸੀਂ ਰਿਕਵਰ ਕੀਤੀ ਹੈ। ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਮਨਦੀਪ ਸਿੰਘ ਹੈਗਾ, ਉਹਦੇ ਉਹ ਜਿਹੜਾ ਕਿ PO ਹੈਗਾ ਅਤੇ ਉਹ 174A ਦਾ ਜਿਹੜਾ ਉਹਦੇ ਖਿਲਾਫ਼ ਜਿਹੜਾ ਹੈਗਾ ਸਿਟੀ ਥਾਣੇ ਜਗਰਾਓਂ ਜਿਹੜਾ ਹੈਗਾ ਪਰਚਾ ਦਰਜ ਹੈ। 174A ਕਿ ਜਿਹੜਾ ਕੋਰਟ ਵੱਲੋਂ ਕੋਈ ਪਰਚਾ ਪਹਿਲਾਂ ਦਰਜ ਹੋ ਜਾਂਦਾ ਹੈਗਾ, ਉਹਦੇ ਵਿੱਚ ਕੋਈ ਕੋਰਟ ਵਿੱਚ ਹੋਊਗਾ ਫਿਰ ਉਹ ਪੇਸ਼ ਨਹੀਂ ਹੁੰਦਾ ਤਾਂ ਕੋਰਟ ਵੱਲੋਂ PO ਡਿਕਲੇਅਰ ਕਰ ਦਿੱਤਾ ਜਾਂਦਾ, ਤਾਂ ਉਹਦੇ ਖਿਲਾਫ਼ ਫਿਰ 174A ਦਾ ਜਿਹੜਾ ਕੇਸ ਰਜਿਸਟਰ ਕੀਤਾ ਜਾਂਦਾ ਅਤੇ ਇਹ ਥਾਣਾ ਸਿਟੀ ਜਗਰਾਓਂ ਵੱਲੋਂ ਜਿਹੜਾ ਇਹਦੇ ਉੱਪਰ ਜਿਹੜਾ ਕੇਸ ਜਿਹੜਾ ਹੈਗਾ ਰਜਿਸਟਰ ਹੈਗਾ। ਅਤੇ ਇਹਨਾਂ ਦੇ ਕੋਲੋਂ ਜਿਹੜੀ ਇਹਨਾਂ ਦੀ I-20 ਗੱਡੀ ਹੈਗੀ ਹੈ ਜਿਹਨਾਂ ਵਿੱਚ ਇਹ ਸਵਾਰ ਹੋ ਕੇ ਇੱਥੇ ਲੁਧਿਆਣੇ ਕਿਸੇ ਨੂੰ ਜਿਹੜਾ ਹੈਗਾ ਇਹ ਨੋਟਸ ਜਿਹੜੇ ਸੀਗੇ ਫੇਕ ਕਰੰਸੀ ਦੇਣ ਆਏ ਸੀਗੇ ਉਹ ਵੀ ਬਰਾਮਦ ਕਰ ਲਈ ਹੈ। ਬੇਸਿਕਲੀ ਮੋਡਸ ਅਪਰੈਂਡੀ ਇਹ ਸੀਗਾ ਇਹਨਾਂ ਦਾ ਕਿ ਇਹ ਮਸ਼ੀਨ 'ਤੇ ਜਿਹੜੀ ਹੈਗੀ ਹੈ ਇਹ ਫੇਕ ਕਰੰਸੀ ਜਿਹੜੀ ਛਾਪਦੇ ਸੀਗੇ, ਉਸ ਤੋਂ ਬਾਅਦ ਡਬਲ ਹਾਫ ਦੀ ਵੈਲਿਊ ਜਿਹੜਾ ਹੈਗਾ ਇਹਨੂੰ ਅੱਗੇ ਵੇਚ ਦਿੰਦੇ ਸੀਗੇ। ਸਪੋਜ਼ ਅਗਰ ਇਹਨਾਂ ਨੇ 5 ਲੱਖ ਰੁਪਏ ਦੀ ਇਹ ਕਰੰਸੀ ਹੈ ਤਾਂ 2.5 ਲੱਖ ਰੁਪਏ ਜਿਹੜੇ ਓਰੀਜਨਲ ਕਰੰਸੀ ਇਹਨਾਂ ਨੇ ਲੈ ਲੈਣੀ ਸੀਗੀ ਤਾਂ 5 ਲੱਖ ਰੁਪਏ 'ਚ ਇਹ ਜਿਹੜਾ ਫੇਕ ਕਰੰਸੀ ਉਹਨੂੰ ਅੱਗੇ ਦੇ ਦੇਣੀ ਸੀਗੀ। ਨਹੀਂ, ਜਿਹੜਾ ਹਾਲੇ ਇੱਕ ਜਿਹੜਾ ਦੋਸ਼ੀ ਹੈਗਾ ਉਹ ਹਾਲੇ ਇਹਨਾਂ ਦਾ ਭੱਜਿਆ ਹੋਇਆ ਹੈਗਾ, ਉਹਦੀ ਗ੍ਰਿਫਤਾਰੀ ਬਾਕੀ ਹੈ। ਅਤੇ ਜੋ ਸਾਨੂੰ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਮਸ਼ੀਨ ਉਹਦੇ ਕੋਲ ਹੈ ਅਤੇ ਉਹ ਅਸੀਂ ਇਨਵੈਸਟੀਗੇਸ਼ਨ ਦਾ ਅੱਗੇ ਪਾਰਟ ਵੀ ਹੈ ਅਤੇ ਅਸੀਂ ਕੀ ਉਹਨੂੰ ਜਲਦੀ ਅਰੈਸਟ ਕਰਾਂਗੇ। ਇਹ 5,10,000 ਰੁਪਇਆ ਨਹੀਂ, ਉਹ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਸਾਰਾ ਅੱਗੇ ਜਿਹੜੀ ਹੈਗੀ ਹੈ ਪੁੱਛਗਿੱਛ ਕਰਾਂਗੇ ਕਿ ਅੱਜ ਤੋਂ ਪਹਿਲਾਂ ਇਹਨਾਂ ਨੇ ਕਿੱਥੇ ਕਿੱਥੇ ਫੇਕ ਕਰੰਸੀ ਦਿੱਤੀ ਹੈ, ਇਕੱਲੇ ਲੁਧਿਆਣੇ ਦਿੱਤੀ ਹੈ ਜਾਂ ਹੋਰ ਕਿਸੇ ਡਿਸਟ੍ਰਿਕਟ 'ਚ ਵੀ ਦਿੱਤੀ ਹੈ, ਅਤੇ ਉਹਨੂੰ ਸਾਰਾ ਅਸੀਂ ਉਹਦੇ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਕੇ ਚੈੱਕ ਕਰਾਂਗੇ।